पहली लड़ाई तो साड़ी डी एम सी का जिहड़ा प्रशासन है उहदे नाल है, क्योंकि वो उन्होंने इत्थों जिहड़ा डिस्चार्ज नहीं कर रहे। वो बहाना लाउंदे आ कि सानू पुलिस ने जबरी किया होया कि तुसीं डिस्चार्ज नहीं करना। सो इत्थे जिहड़ा प्रशासन है डी एम सी का, जिहड़े डी एम सी के डायरैक्टर ने मालक ने प्रेम गुप्ता जी, उन्होंने दफ्तर के जोड़ा हैगा असी धरना देना शुरू करता है। पांच बंदे उन्होंने दफ्तर के लगातार धरने पर बैठ गए। असी उन्होंने कहा कि जो वारसा ने लिख के दे दिता है डिस्चार्ज करने, तो फिर तुसी डिस्चार्ज क्यों नहीं करते। दूजे बन्ने बापू सूरत सिंह जी बहुत भावुक सीगे और वो जाना चाहते सी, बा जिद सी जाने वास्ते। वो कहते सी भी मैनू तुसी इस तरह ना मारो, मैं शहीद होना चाहना, तो मेरे नाल जबरदस्ती ना करो, मैं मोर्चे च जाना चाहना। सो वो बाजिद ने जाने वास्ते, और असी हुण संगतां नूं अपील करदे आं। ये वकील साहब मेरे नाल शेर सिंह जी खड़े आ, पंजाब एंड हरियाणा हाई कोर्ट के वकील एडवोकेट वरिंदर खारा जी खड़े आ, जिन्हां बारे तुसी सारे जानते हैं, बहुत सीनियर वकील ने, लुधियाने च लंबे समय तो प्रैक्टिस कर रहे आ। ਇਹਦੇ ਲੀਗਲ ਪੁਆਇੰਟ ਤੁਹਾਡੇ ਨਾਲ ਡਿਸਕਸ ਕਰਨਗੇ। ਪਰ ਮੈਂ ਮੋਰਚੇ ਦੇ ਤਾਲਮੇਲ ਕਮੇਟੀ ਦਾ ਮੈਂਬਰ ਹੋਣ ਦੇ ਨਾਤੇ ਹੁਣ ਸੰਗਤਾਂ ਨੂੰ ਅਪੀਲ ਕਰਦਾ ਕਿ 27 ਤਰੀਕ ਨੂੰ ਆਪਾਂ ਇਸ ਹਸਪੀਟਲ ਦੇ ਵਿੱਚ ਪੁੱਜਣਾ ਬਾਪੂ ਸੂਰਤ ਸਿੰਘ ਜੀ ਖਾਲਸਾ ਨੂੰ ਰਿਹਾ ਕਰਾਉਣ ਵਾਸਤੇ, ਕਿਉਂਕਿ ਸਾਨੂੰ ਕੁਝ ਦਿਨ ਚਾਹੀਦੇ ਆ, ਅਸੀਂ ਤਿਆਰੀ ਕਰਨੀ ਹੈ। ਅੱਜ 23 ਤਰੀਕ ਹੈ, 22 तरीक है, और वड्डी गिणती दे विच संगतां नूं असीं बापू सूरत सिंह जी नूं आजाद कराउण वास्ते बेनती करदे आं कि 27 तरीक नूं तुसीं इत्थे पहुँचो। असीं कौमी इंसाफ मोर्चा 9 बंदी सिंघां दी रिहाई दे समेत 4 मुद्दियां ते लाया होया है। सरकार तानाशाही कर रही है, उन्हां ने 10वां जिहड़ा एक खालसा जिहड़ा बंदी सिंघां दी रिहाई लई एक लोकतांत्रिक ढंग नाल लंबे समय तो संघर्ष कर रहा सी, उहनूं भी बंदी बना लिया। कानून अनुसार यह भारत के संविधान ते कानून की उलंघना, उहनूं पैरां च रोलण वाली गल है। लोकतंत्र की थां ते तानाशाही है। ਇਹਦੇ ਬਾਰੇ ਐਡਵੋਕੇਟ ਸਾਹਿਬ ਦੱਸਣਗੇ। ਮੈਂ ਤੁਹਾਡੇ ਜਰੀਏ ਸੰਗਤਾਂ ਨੂੰ ਇੱਕ ਸਵਾਲ ਹੈ ਜੀ, ਇੱਕ ਸਵਾਲ ਹੈ ਜੀ, ਬਾਪੂ ਸੂਰਤ ਸਿੰਘ ਖਾਲਸਾ ਨੂੰ ਤੁਸੀਂ ਨਾਲ ਲਿਜਾਣਾ ਚਾਹੁੰਦੇ ਹੋ ਕੌਮੀ ਇਨਸਾਫ਼ ਮੋਰਚੇ ਸਾਰੇ, ਤੁਸੀਂ ਤੁਹਾਨੂੰ ਕੀ ਲੱਗਦਾ ਕਿ ਬਾਪੂ ਸੂਰਤ ਸਿੰਘ ਖਾਲਸਾ ਨੇ 2015 ਦੇ ਵਿੱਚ ਹੀ ਭੁੱਖ ਹੜਤਾਲ ਕੀਤੀ ਸੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ, ਇਹ ਜਿਹੜਾ ਮੋਰਚਾ ਹੋਰ ਮਜ਼ਬੂਤ ਹੋਏਗਾ ਤੁਹਾਨੂੰ ਇਹ ਲੱਗਦਾ? ਬਿਲਕੁਲ ਕੋਈ ਸ਼ੱਕ ਨਹੀਂ, ਅਸੀਂ ਤੁਹਾਡੇ ਰਾਹੀਂ ਦੱਸਣਾ ਚਾਹੁੰਦੇ ਹਾਂ ਕਿ ਇੱਕ ਬੰਦਾ 8x10 ਦੇ ਕਮਰੇ ਦੇ ਵਿੱਚ ਪਿਛਲੇ 7.5 ਸਾਲਾਂ ਤੋਂ ਕੈਦ ਕੀਤਾ ਗਿਆ ਹੈ। ਉੱਥੇ ਟੀਵੀ ਨਹੀਂ ਚੱਲਦਾ, ਉੱਥੇ ਸੂਰਜ ਦੀ ਰੋਸ਼ਨੀ ਨਹੀਂ ਆਉਂਦੀ। ਬਾਪੂ ਸੂਰਤ ਸਿੰਘ ਜਦੋਂ ਮੋਰਚੇ 'ਚ ਜਾਣਗੇ ਤਾਂ ਮੋਰਚੇ 'ਚ ਲੱਖਾਂ ਲੋਕ ਉਹਨਾਂ ਨੂੰ ਮਿਲਣ ਦੀ ਇੱਛਾ ਲੈ ਕੇ ਆਉਣਗੇ। ਉੱਥੇ ਤੁਹਾਡੇ ਵਰਗੇ ਪ੍ਰੈਸ ਵੀਰ ਉਹਨਾਂ ਨਾਲ ਵਾਰਤਾ ਕਰਨਗੇ, ਉਹਨਾਂ ਦੀ ਆਵਾਜ਼ ਦੇਸ਼ ਕੌਮ ਤੱਕ ਜਾਏਗੀ। ਸਰ ਹੁਣ ਰਿਹਾਈ ਵਾਸਤੇ ਕੀ ਕਦਮ ਕੀ ਆ? ਦੇਖੋ ਉਹਨਾਂ ਦੀ ਰਿਹਾਈ ਵਾਸਤੇ, ਦੇਖੋ ਲੋਕਤਾਂਤਰਿਕ ਢੰਗ ਦੇ ਨਾਲ ਅਸੀਂ ਕੇਵਲ ਅੱਜ 5 ਜਾਣੇ ਆਏ ਸੀ। ਧਰਨਾ ਉਹ ਚੱਲੂਗਾ? ਉਹ ਧਰਨੇ ਤੇ ਅੰਦਰ ਬੈਠ ਗਏ ਆ। ਉਹ ਧਰਨਾ ਅਜੇ ਡੀ ਐਮ ਸੀ ਪ੍ਰਸ਼ਾਸਨ ਦੇ ਖਿਲਾਫ ਹੈ। ਡੀ ਐਮ ਸੀ ਪ੍ਰਸ਼ਾਸਨ ਹੈ ਜਿਹੜਾ, ਅਸੀਂ ਉਹਨਾਂ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਉਹਨਾਂ ਦੇ ਪਰਿਵਾਰ ਵੱਲੋਂ ਔਰ ਖੁਦ ਪੇਸ਼ੈਂਟ ਵੱਲੋਂ ਜਿਹੜਾ ਹੈਗਾ ਇਹ ਇੱਛਾ ਜ਼ਾਹਰ ਕੀਤੀ ਗਈ ਹੈ ਕਿ ਉਹਨਾਂ ਨੂੰ ਤੁਸੀਂ ਜਿਹੜਾ ਹੈਗਾ ਰਿਲੀਜ਼ ਕਰ ਦਿਓ, ਇੱਥੋਂ ਡਿਸਚਾਰਜ ਕਰ ਦਿਓ। ਸਰ ਜਿਹੜਾ ਤੁਸੀਂ ਡਾਕਟਰਸ ਵੱਲੋਂ ਕਲੀਅਰੈਂਸ ਹੈ ਪੂਰੀ, ਕੈਦੀ ਉਹਨਾਂ ਦਾ ਡੀ ਐਮ ਸੀ ਵੱਲੋਂ ਬਣਾਇਆ ਗਿਆ ਵਾ, ਡੀ ਐਮ ਸੀ ਪ੍ਰਸ਼ਾਸਨ ਵੱਲੋਂ? ਬਿਲਕੁਲ ਨਹੀਂ, ਜਾਂ ਫਿਰ ਕੈਦੀ ਪ੍ਰਸ਼ਾਸਨ? ਕੈਦੀ ਜਿਹੜਾ ਹੈਗਾ ਉਹ ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ। ਪੰਜਾਬ ਸਰਕਾਰ ਪ੍ਰੇਮ ਗੁਪਤਾ ਜੀ 'ਤੇ ਦਬਾਅ ਪਾ ਰਹੀ ਹੈ ਕਿ ਤੁਸੀਂ ਇਹਨਾਂ ਨੂੰ ਇੱਥੋਂ ਡਿਸਚਾਰਜ ਨਹੀਂ ਕਰਨਾ, ਔਰ ਇਹ ਲਿਖ ਕੇ ਦੇਣਾ ਵੀ ਜੇ ਇਹ ਬਾਹਰ ਜਾਂਦੇ ਆ ਤਾਂ ਇਹਨਾਂ ਦੀ ਜਿਹੜੀ ਹੈਗੀ ਆ ਉਹ ਮੌਤ ਹੋ ਸਕਦੀ। ਕੁੱਲ ਮਿਲਾ ਕੇ ਅਗਰ ਨਹੀਂ ਲਿਜਾਣ ਦਿੱਤਾ ਰਹਿਣੇ ਤੇ ਤੁਸੀਂ ਉਹ ਜਿਹੜਾ ਧਰਨਾ ਅੰਦਰ ਲੱਗਿਆ ਕਿ ਬਾਹਰ ਵੀ ਲਾਓਗੇ ਧਰਨਾ? ਫਿਰ ਦੇਖੋ ਸਾਡੇ ਕੋਲੇ ਇੱਕੋ ਇੱਕ ਰਸਤਾ ਹੈ, ਅਸੀਂ 27 ਤਰੀਕ ਨੂੰ ਸੰਗਤਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਇੱਥੇ ਪਹੁੰਚਣ, ਅਸੀਂ ਉਹਦੀ ਤਿਆਰੀ ਕਰਾਂਗੇ ਔਰ ਡੀ ਐਮ ਸੀ ਦੇ ਆਲੇ ਦੁਆਲੇ ਦੀ ਘੇਰਾਬੰਦੀ ਕਰਕੇ ਪੱਕਾ ਧਰਨਾ ਜਿਹੜਾ ਹੈਗਾ ਇੱਥੇ ਲਾਵਾਂਗੇ। ਔਰ ਦੂਸਰੀ ਗੱਲ ਜਿਹੜੀ ਹੈਗੀ ਆ ਉਹ ਇਹ ਹੈ ਕਿ ਉਹਦੇ 'ਚ ਅਜੇ 4 ਦਿਨ ਪਏ ਹੈ, ਪੁਲਿਸ ਪ੍ਰਸ਼ਾਸਨ ਨੇ 24 ਘੰਟੇ ਮੰਗੇ ਹੈ, ਅਸੀਂ ਉਹਨਾਂ ਨੂੰ 48 ਘੰਟੇ ਦਿੰਦੇ ਹਾਂ।
कि उन्होंने रिलीज कर देन और उन्होंने इतों जिहड़ा हैगा तोरन ताकि आपकी इच्छा के अनुसार मोर्चे दे विच जाके जिहड़ा हैगा वो शामिल हो सके।